ਬੜਾ ਵਧੀਆ ਦਿਨ ਲੱਗਾ ਜੀ ਅੱਜ। ਸੋ ਸੰਡੇ ਦਾ ਦਿਨ ਆ, ਅੱਜ ਮੈਂ ਥੋੜ੍ਹੇ ਜਿਹੇ ਆਪਸ਼ਨਸ ਵਰਕ ਪਰਮਿਟ ਨੂੰ ਲੈ ਕੇ ਤੁਹਾਡੇ ਨਾਲ ਡਿਸਕਸ ਕਰਨੇ ਆ। ਜਿਹੜੇ ਵੀ ਲੋਕ ਕੈਨੇਡਾ ਐਕਸਪੀਰੀਅੰਸ ਕਲਾਸ ਦੇ ਵਾਸਤੇ ਐਲੀਜੀਬਲ ਆ, ਆਪਣੀਆਂ ਪ੍ਰੋਫਾਈਲਸ ਬਣਾ ਚੁੱਕੇ ਆ, ਸਕੋਰਸ ਜਿਹੜੇ ਹੈਗੇ ਆ ਮੈਂ ਦੱਸਾਂਗਾ ਕਿੰਨੇ ਕੁ ਜੇ ਤੁਹਾਡੇ ਹੈਗੇ ਆ, ਯੂ ਆਰ ਇਨ ਅ ਸੇਫ ਜ਼ੋਨ, ਅਤੇ ਜੇ ਉੱਤੋਂ ਸਕੋਰਸ ਤੁਹਾਡੇ ਘੱਟ ਆ ਤਾਂ ਤੁਹਾਨੂੰ ਕੀ ਆਪਸ਼ਨਸ ਜਿਹੜੇ ਹੈਗੇ ਉਹ ਲੈਣੇ ਚਾਹੀਦੇ ਆ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਥੋੜ੍ਹੀ ਲੌਂਗ ਹੋ ਸਕਦੀ ਹੈ ਵੀਡੀਓ, ਪਰ ਇਟ ਵਿਲ ਬੀ ਵਰਥ ਇਟ, ਆਈ ਪ੍ਰੋਮਿਸ। ਸੋ ਸਟਾਰਟ ਕਰਦੇ ਹਾਂ। ਬਹੁਤ ਸਾਰੇ ਲੋਕ ਇਸ ਸਾਲ ਜਿਹੜਾ ਹੈਗਾ ਉਹਨਾਂ ਦੇ ਵਰਕ ਪਰਮਿਟ ਜਿਹੜੇ ਹੈਗੇ ਉਹ ਐਕਸਪਾਇਰ ਹੋ ਰਹੇ ਆ। ਐਕਸਪ੍ਰੈਸ ਐਂਟਰੀ ਦੇ ਵਿੱਚ ਪ੍ਰੋਫਾਈਲਸ ਪਈਆਂ ਹੋਈਆਂ ਆ, ਡਰਾਅ ਕੋਈ ਨਹੀਂ ਆਇਆ ਸਪਤੰਬਰ ਤੋਂ ਬਾਅਦ। ਕੈਨੇਡੀਅਨ ਐਕਸਪੀਰੀਅੰਸ ਦੀ ਗੱਲ ਕਰੀਏ, ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਗੱਲ ਕਰੀਏ, ਤਾਂ ਬਹੁਤ ਸਾਰੇ ਲੋਕ ਚਿੰਤਤ ਨੇ ਕੀ ਹੋਏਗਾ, ਵਾਪਸ ਜਾਣਾ ਪਏਗਾ ਜਾਂ ਇਹਨੂੰ ਵਿਜ਼ਟਰ ਵੀਜ਼ਾ 'ਚ ਕਨਵਰਟ ਕਰਾਉਣਾ ਪਏਗਾ, ਕੀ ਮੇਰੇ ਕੋਲ ਆਪਸ਼ਨਸ ਨੇ। ਅਤੇ ਬਹੁਤ ਸਾਰੇ ਜਿਹੜੇ ਚੈਨਲਸ ਆ ਯੂਟਿਊਬ ਦੇ ਉੱਤੇ ਜਾਂ ਦੂਸਰੇ ਸੋਸ਼ਲ ਮੀਡੀਆਸ ਦੇ ਉੱਤੇ ਇੱਕ ਐਕਸਪਰਟ ਸਲਾਹ ਜਿਹੜੀ ਆ ਉਹ ਤੁਹਾਡੇ ਕੰਮ ਆ ਸਕਦੀ ਆ। ਕਿਉਂ? ਕਿਉਂਕਿ ਇੱਕ ਜਿਹੜੀ ਜਸਟ ਉੱਦਾਂ ਹੀ ਐਡਵਾਈਸ ਦੇਣੀ ਅਤੇ ਇੱਕ 6-7 ਸਾਲਾਂ ਤੋਂ ਬਾਅਦ ਇਸ ਪ੍ਰੋਫੈਸ਼ਨ ਦੇ ਵਿੱਚ ਰਹਿ ਕੇ ਐਡਵਾਈਸ ਦੇਣੀ, ਡਿਫਰੈਂਸ ਹੁੰਦਾ ਆ। ਇਹ ਸਾਰਿਆਂ ਨੂੰ ਜਿਹੜਾ ਹੈਗਾ ਸ਼ਾਇਦ ਗੱਲ ਸਹੀ ਨਾ ਲੱਗੇ, ਬਟ ਡਿਫਰੈਂਸ ਹੁੰਦਾ ਹੈ ਕਿਉਂਕਿ ਪਿਛਲੇ ਟਾਈਮਾਂ ਦੇ ਵਿੱਚ ਐਸੇ ਕਈ ਜਿਹੜੇ ਹੈਗੇ ਆ ਕੇਸਿਸ ਦੇਖੇ ਹੁੰਦੇ ਆ ਲੋਕਾਂ ਨੇ। ਮੈਂ ਆਪਣੀ ਗੱਲ ਕਰਾਂ ਜਾਂ ਮੈਂ ਕਿਸੇ ਹੋਰ ਪ੍ਰੋਫੈਸ਼ਨਲ ਦੀ ਗੱਲ ਕਰਾਂ ਜਿਨ੍ਹਾਂ ਨੂੰ ਕਾਫੀ ਦੇਰ ਦਾ ਜਿਹੜਾ ਹੈਗਾ ਐਕਸਪੀਰੀਅੰਸ ਆ, ਪਰ ਕਈ ਜਾਣੇ ਸਿਰਫ ਜਿਹੜਾ ਹੈਗਾ ਆ ਕਿ ਉਹਨਾਂ ਦੀ ਸਿਚੁਏਸ਼ਨ ਕੀ ਆ ਅਤੇ ਉਹ ਆਪਣੇ ਹਿਸਾਬ ਨਾਲ ਐਡਵਾਈਸ ਦਿੰਦੇ ਆ। ਜ਼ਰੂਰੀ ਨਹੀਂ ਹੈ ਕਿ ਸੇਮ ਸਿਚੁਏਸ਼ਨ ਤੁਹਾਨੂੰ ਅਪਲਾਈ ਹੋਵੇ, ਸੇਮ ਸਿਚੁਏਸ਼ਨ ਤੁਸੀਂ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਫਾਲ ਕਰਦੇ ਹੋ। ਜੇ ਤੁਹਾਡਾ ਪਰਮਿਟ ਜਿਹੜਾ ਹੈਗਾ ਆ ਜੂਨ, ਜੁਲਾਈ, ਅਗਸਤ, ਸਪਟੈਂਬਰ ਜਾਂ ਈਅਰ ਦੇ ਐਂਡ ਤੱਕ ਐਕਸਪਾਇਰ ਹੋ ਰਿਹਾ ਹੈ, ਸਕੋਰਸ ਆਪਣੇ 430-440 ਤੋਂ ਅੱਪ ਆ, ਤਾਂ ਡਰੋਸ ਦੀ ਵੇਟ ਕਰਨੀ ਚਾਹੀਦੀ ਆ। ਨਾਲ ਦੀ ਨਾਲ ਜਿਹੜੇ ਵੀ ਇੰਪਲੋਇਰ ਕੋਲ ਕੰਮ ਕਰ ਰਹੇ ਹੋ, ਫੂਡ ਸੈਕਟਰ ਦੇ ਵਿੱਚ ਕੰਮ ਕਰ ਰਹੇ ਹੋ, ਐਡਮਿਨ ਲੈਵਲ 'ਤੇ ਕੰਮ ਕਰ ਰਹੇ ਹੋ ਜਾਂ ਕੋਈ ਹੋਰ ਕੰਮ ਕਰ ਰਹੇ ਹੋ, ਤਾਂ ਇੱਕ ਇੰਪਲੋਇਰ ਨੂੰ ਇੱਕ ਵੇ ਦੇ ਨਾਲ ਪੁੱਛ ਲਓ ਕਿ ਜੇ ਇਨ ਕੇਸ ਜ਼ਰੂਰਤ ਪੈਂਦੀ ਆ ਕਿ ਉਹ ਤੁਹਾਨੂੰ LMI ਦੇ ਵਾਸਤੇ ਸਪੋਰਟ ਕਰ ਸਕਦਾ ਜਾਂ ਈਵਨ ਜਸਟ ਫੋਰ ਦਾ ਜੋਬ ਆਫਰ ਸਪੋਰਟ ਕਰ ਸਕਦਾ ਥਰੂ LMI, ਤਾਂ ਕਿ ਜੇ ਪੁਆਇੰਟਸ ਦਾ ਜਿਹੜਾ ਹੈਗਾ CRS ਜ਼ਿਆਦਾ ਆਉਂਦਾ ਆ ਤਾਂ ਤੁਸੀਂ ਸੇਫ ਜ਼ੋਨ ਦੇ ਵਿੱਚ ਰਹੋ। LMI ਜੇ ਡਿਊਅਲ ਇੰਟੈਂਟ ਦੀ ਤੁਸੀਂ ਲੈ ਲੈਂਦੇ ਹੋ ਤਾਂ ਦੋਵੇਂ ਹੀ ਚੀਜ਼ਾਂ ਤੁਸੀਂ ਕਰ ਸਕਦੇ ਹੋ, .50 ਵੀ ਵਧਾ ਸਕਦੇ ਹਨ ਤੁਸੀਂ OAB ਦੀ ਜੋਬ ਹੈ, ਅਤੇ LMI ਦੇ ਨਾਲ ਨਾਲ ਵਰਕ ਪਰਮਿਟ ਵੀ ਐਕਸਟੈਂਡ ਹੋ ਜਾਂਦਾ। ਜੇ ਤੁਹਾਡੇ ਸਕੋਰਸ 450 ਪਲੱਸ ਆ ਤਾਂ ਤੁਹਾਨੂੰ ਜਿਹੜਾ ਹੈਗਾ ਆ ਸਿਰਫ ਡਰਾਅ ਦੀ ਵੇਟ ਜਿਹੜੀ ਕਰਨ ਦੀ ਜ਼ਰੂਰਤ ਆ। ਜੇ ਤੁਹਾਡਾ ਸਟੈਟਸ ਐਕਸਪਾਇਰ ਹੋ ਰਿਹਾ ਜਲਦੀ ਤਾਂ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਜਿਹੜਾ ਹੈਗਾ ਆ ਪਹਿਲਾਂ ਤਾਂ ਜਦੋਂ ਤੁਸੀਂ ਵਰਕ ਪਰਮਿਟ ਐਕਸਪਾਇਰ ਆ, ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਵਰਕ ਪਰਮਿਟ ਦਾ ਸਟੈਟਸ ਚਾਹੀਦਾ ਹੈ। ਜੇ LMI ਵਗੈਰਾ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਨਹੀਂ ਮਿਲ ਰਹੀ, ਤਾਂ ਤੁਸੀਂ ਆਪਣਾ ਸਟੈਟਸ ਸਟੱਡੀ ਪਰਮਿਟ ਦਾ ਵੀ ਕਨਵਰਟ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਵਿਜ਼ਟਰ ਵੀਜ਼ੇ ਦਾ ਵੀ ਸਟੈਟਸ ਕਰ ਸਕਦੇ ਹੋ। ਵਿਜ਼ਟਰ ਵੀਜ਼ੇ ਤੋਂ ਬਾਅਦ ਦੀ ਗੱਲ ਕਰੀਏ, ਜੇ ਤੁਹਾਡੇ ਕੋਲ ਤੁਸੀਂ ਮੈਰਿਡ ਹੋ, ਸਪਾਊਸਲ ਓਪਨ ਵਰਕ ਪਰਮਿਟ ਦਾ ਵੀ ਆਪਸ਼ਨ ਹੁੰਦਾ ਹੈ। ਜੇ ਤੁਸੀਂ ਕਿਸੇ ਹੋਰ, ਕਈਆਂ ਨੇ TR2 PR ਦੇ ਵਿੱਚ ਲਾਈ ਆ ਫਾਈਲ, ਉਹਨਾਂ ਦੀ AOR ਨਹੀਂ ਆਈ, ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਵਰਕ ਪਰਮਿਟ ਵੀ ਐਕਸਟੈਂਡ ਨਹੀਂ ਕਰ ਸਕਦੇ। ਦੈਟਸ ਅ ਟੋਟਲੀ ਰੋਂਗ ਥਿੰਗ। ਜੇ TR2 PR 'ਚ ਫਾਈਲ ਲਗਾਈ ਹੈ ਜਾਂ ਕਿਸੇ ਹੋਰ PNP ਦੇ ਵਿੱਚ ਫਾਈਲ ਲੱਗੀ ਹੋਈ ਹੈ, ਉਸਦੇ ਬਿਹਾਰ ਦੇ ਉੱਤੇ ਵਰਕ ਪਰਮਿਟ ਐਕਸਟੈਂਡ ਹੋ ਸਕਦਾ ਤੁਹਾਡਾ। ਇਹਦੀ ਮੇਨ ਰਿਕੁਆਇਰਮੈਂਟ ਕੀ ਹੈ CEC ਦੀ, ਕਿ ਲਾਸਟ 3 ਸਾਲਾਂ ਦੇ ਵਿੱਚ 1 ਸਾਲ ਦਾ ਤੁਹਾਨੂੰ ਜਿਹੜਾ ਹੈਗਾ ਆ ਉਹ ਐਕਸਪੀਰੀਅੰਸ ਚਾਹੀਦਾ ਹੁੰਦਾ ਹੈ। ਐਂਡ ਯੂ ਮਸਟ ਬੀ ਐਡਮਿਸੀਬਲ ਇਨ ਕੈਨੇਡਾ, ਐਡਮਿਸੀਬਲ ਹੋਣੇ ਚਾਹੀਦੇ ਹੋ। ਦੈਟ ਕੈਨ ਬੀ ਔਨ ਅ ਵੈਲਿਡ ਵਿਜ਼ਟਰ ਵੀਜ਼ਾ, ਦੈਟ ਕੈਨ ਬੀ ਔਨ ਅ ਵੈਲਿਡ ਸਟੱਡੀ ਪਰਮਿਟ, ਆਫ ਕੈਂਪਸ ਵਰਕ ਪਰਮਿਟ, PGWP, ਬ੍ਰਿਜਿੰਗ ਓਪਨ ਵਰਕ ਪਰਮਿਟ, ਸਪਾਊਸਲ ਓਪਨ ਵਰਕ ਪਰਮਿਟ, LMI ਵਰਕ ਪਰਮਿਟ, ਹੋਰ ਵੀ ਕਈ ਤਰ੍ਹਾਂ ਦੇ ਵਰਕ ਪਰਮਿਟਸ ਹੁੰਦੇ ਆ। ਸੋ ਕੋਈ ਵੀ ਸਟੈਟਸ ਹੈ ਤੁਹਾਡੇ ਕੋਲ, ਜੇ ਤੁਸੀਂ ਐਜ਼ ਲੌਂਗ ਐਜ਼ ਯੂ ਆਰ ਐਡਮਿਸੀਬਲ ਯੂ ਵਿਲ ਬੀ ਸੇਫ। ਆਉਣ ਵਾਲੇ ਦਿਨਾਂ ਦੇ ਵਿੱਚ ਡਰੋਜ਼ ਖੋਲ੍ਹਣੇ ਆ, ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਇੰਟਰਨੈਸ਼ਨਲ ਸਟੂਡੈਂਟਸ ਅਤੇ ਫੋਰਨ ਵਰਕਰਸ ਕੋਈ ਐਸਾ ਪ੍ਰੋਗਰਾਮ ਦੇਖਣ ਜਿਹੜੇ ਪਰਮਨੈਂਟ ਹੋਵੇ। ਇਹਨਾਂ ਦੇ ਵਾਸਤੇ ਜਿਹੜਾ ਤੁਹਾਨੂੰ ਸਟੈਪ ਆ ਜਿਹੜੇ ਉਹ ਸਟੈਪ ਜਿਹੜੇ ਫੋਲੋ ਕਰਨੇ ਪੈਣਗੇ, ਪਰ ਇਹਦੇ ਨਾਲ ਨਾਲ ਜੇ ਪ੍ਰੋਗਰਾਮ ਕੋਈ ਆ ਜਾਂਦਾ ਉਹਦੇ ਵਿੱਚ ਵਰਕ ਪਰਮਿਟ ਨੂੰ ਵੀ ਤਵੱਜੋ ਦਿੱਤੀ ਜਾਏਗੀ ਅਤੇ ਸਟੈਟਸ ਨੂੰ ਵੀ ਤਵੱਜੋ ਦਿੱਤੀ ਜਾਏਗੀ ਕਿ ਜੇ ਤੁਹਾਡਾ ਲੋਸਟ ਹੋ ਰਿਹਾ ਸਟੈਟਸ ਤੁਸੀਂ ਕੀ ਡਿਸੀਜਨ ਜਿਹੜੇ ਹੈਗੇ ਉਹ ਲੈ ਸਕਦੇ ਹੋ, ਐਂਡ ਉਸ ਨੂੰ ਕਿਸ ਤਰ੍ਹਾਂ ਰੀਸਟੋਰ ਕਰ ਸਕਦੇ ਹੋ ਜਾਂ ਤੁਸੀਂ ਕਿਸ ਤਰ੍ਹਾਂ ਉਹਨੂੰ ਐਕਸਟੈਂਡ ਕਰ ਸਕਦੇ ਹੋ। ਕਿਉਂਕਿ ਪਿਛਲੇ ਸਾਲ ਦੇ ਵਿੱਚ 2021 ਦੇ ਵਿੱਚ ਕੋਵਿਡ ਦੇ ਡਿਊਰਿੰਗ ਬੜੀਆਂ ਸਾਰੀਆਂ ਪਬਲਿਕ ਪਾਲਿਸੀਜ਼ ਆਈਆਂ ਸੀਗੀਆਂ ਜਿਨ੍ਹਾਂ ਦਾ ਬੈਨੀਫਿਟ ਬਹੁਤ ਸਾਰੇ ਲੋਕਾਂ ਨੂੰ ਹੋਇਆ, ਪਰ ਜ਼ਰੂਰੀ ਨਹੀਂ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਇੰਨੇ ਲੈਵਲ ਦੇ ਉੱਤੇ ਪਬਲਿਕ ਪਾਲਿਸੀਜ਼ ਆਉਣ। ਕਿਉਂਕਿ ਪਿਛਲੇ 2 ਸਾਲਾਂ ਦੇ ਵਿੱਚ ਸਿਰਫ ਅਤੇ ਸਿਰਫ ਕੋਵਿਡ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਪਬਲਿਕ ਪਾਲਿਸੀਜ਼ ਲਿਆਂਦੀਆਂ ਗਈਆਂ ਸੀਗੀਆਂ, ਦੈਟਸ ਇਟ। ਸਿਰਫ ਉਸੇ ਪਾਲਿਸੀਜ਼ ਦੇ ਉੱਤੇ ਜਾਂ ਇੱਕ ਨਵੇਂ ਪ੍ਰੋਗਰਾਮ ਦੇ ਉੱਤੇ ਆਪਣਾ ਫਿਊਚਰ ਡਿਸਾਈਡ ਕਰਨਾ
इन कैनेडा फॉर कैनेडा इमीग्रेशन लाइक परमानेंट रेजिडेंसी, वो बिल्कुल एक रोंग डिसीजन होएगा। एक ना एक राह तुसीं जरूर फड़ो, चाहे तुसीं जे एक्सप्रेस एंट्री का राह फड़िया पॉइंट्स अच्छे आ, कोई वरी वाली गल नहीं है, स्टिक टू दैट पर्टिकुलर प्लैन। नहीं जे तुहानूं लगता है कि स्कोरस घट आ, मान लो 400 तो थले स्कोरस आ, तुहानूं लगता कि ड्रॉस पिछली वारी अर्गी आउणगे, हो सकता इदा ना होवे, तां आपणा पैरलली एक तुसीं प्रोविंशियल ओमनी प्रोग्राम किसी भी प्रोविंस का वो इंपलॉयर वगैरह लभ सकते हो, अटलांटिक इमीग्रेशन प्रोग्राम देख सकते हो, रूरल एंड नदर्न इमीग्रेशन प्रोग्राम देख सकते हो, स्पाउजल स्पॉन्सरशिप का जे एलिजिबल है वो वाल तुसीं जा सकते हो, होर भी कई सारे PR दे ऑप्शन जिहड़े पैरलली तुसीं देख सकते हो, तो उहदे विच भी फाइल अपलाई कर सकते हो। इन बिटवीन जे तुहानूं CC दा ड्रॉ दे विच तुहाडा नंबर आ जांदा या तुहानूं कट ऑफ द स्कोर दे थ्रू IT आ जांदा, दैन यू कैन ऑलवेज कंटिन्यू विद एक्सप्रेस एंट्री, उहदे विच कोई भी प्रॉब्लम नहीं हैगी, तुसीं दोवें चीज़ां जिहड़ियां हैगियां कर सकते हो, एज लोंग एज PR जिहड़ी उह तुहानूं एक पर्टिकुलर स्ट्रीम दे थ्रू ही मिलनी है, बस इन्ना का डिफरेंस है। PR चाहे तुसीं तिन्ना स्ट्रीम दे थ्रू लाओ, PR मिलनी एक दे थ्रू, पर तुसीं ला सकते हो सारियां दे थ्रू, एंड वंस अपना जिहड़ा PR किसी भी स्ट्रीम दे विच लग जांदी, असीं वर्क परमिट या अपना स्टेटस जिहड़ा हैगा एक्सटेंड करवा सकते हैं। आई होप कि यह वीडियो तुहानूं बहुत अच्छी लगी होएगी, कोई क्वेश्चनस आ कंसर्नस आ वो तुसीं दस सकते हो, मैं उस ते वीडियो बनावांगा। एक होर वीडियो ऑनलाइन टाइम दे विच बना रहा मेडिकल दे उत्ते, क्योंकि काफ़ी जणे दी रिक्वेस्ट है कि मेडिकल दे उत्ते वीडियो बनाई जाए, ताकि सारे लोगों को पता लग सके कि मेडिकल कितों कराना है, कि यदि कॉस्टिंग आ, किहड़े किहड़े फैक्टर्स ध्यान च रखने की जरूरत है, जिन केस मेडिकल क्लीयर नहीं होया, किहड़े सैक्शन दे विच तुहानूं वरी करन दी जरूरत है, किहदे च नहीं जरूरत, ते होर कैनेडा इमीग्रेशन दे रिलेटेड जिहड़े मेन मेन डॉक्यूमेंट्स हुंदे आ, मेन जिहदे विच यू नो लाइक तुहाडा अपफ्रंट मेडिकल हो गया, उस तो बाद गल करिए तुहाडी PCC होगी, उस तो बाद करिए ट्रैवल डॉक्यूमेंट्स हो गए, जॉब रेफरेंस लैटरस हो गई, एजुकेशन के नाल जिहड़े क्वेश्चनस हो गए, सो आई विल ट्राई टू क्लीयर ऑल दोज क्वेश्चनस, ते स्टडी वीज़ा विस्टर वीज़ा इन्हां सारे बारे हौली हौली मैं जिहड़े हैगे आ वो वीडियोज़ बनाने की कोशिश करांगा, ताकि तुहाडे सारिआं तक एक वैल्यूएबल कंटेंट इन द फॉर्म ऑफ वीडियोज़ पहुँच सके। कोई क्वेश्चन आ तुसीं पुछना चाहुंदे हो, कमेंट सैक्शन दे विच जाके जरूर अपना कमेंट छड्डो, वीडियो नूं लाइक कर दो, शेयर जरूर करी जायो, सोशल मीडिया चैनल्स ते बहुत सारे लोगों के लिए बेनीफिशियल साबित हो सकती है। थैंक यू सो मच एंड हैव अ नाइस डे।